सर क्या कर रहे ਇਹ ਸਮਝਦਾ ਵੀ ਕਾਂਗਰਸ ਨੇ ਇੱਕ ਮੈਸੇਜ ਦਿੱਤਾ ਸੀ ਲੋਕਾਂ ਨੂੰ ਉਸ ਮੈਸੇਜ ਨੂੰ ਲੋਕਾਂ ਨੇ ਕਬੂਲਿਆ ਆ ਇਹ ਸਮਝਦੇ ਵੀ ਆਜ਼ਾਦੀ ਮਿਲੀ ਹੈ ਇਹਨਾਂ ਦੇ ਚੁੰਗਲ 'ਚੋਂ ਲੋਕ ਬਚੇ ਆ 10 ਸਾਲਾਂ 'ਚੋਂ ਨਸ਼ਿਆਂ ਨਾਲ ਜੂਝ ਰਿਹਾ ਸੀ ਵਪਾਰੀਆਂ ਦੇ ਨਾਲ ਧੱਕਾ ਹੋ ਰਿਹਾ ਸੀ ਲੋਕਾਂ ਨਾਲ ਲੁੱਟ ਛੁੱਟ ਹੋ ਰਹੀ ਸੀ ਅਕਾਲੀ ਧਨ ਦੌਲਤ ਦੇ ਨਾਲ ਆਪਣੇ ਘਰ ਭਰ ਰਹੇ ਸੀਗੇ ਲੋਕਾਂ ਦਾ ਘਾਣ ਕਰ ਰਹੇ ਸੀ ਲੋਕ ਦੁਖੀ ਸੀਗੇ ਬੇਵੱਸ ਸੀਗੇ ਕਿਉਂਕਿ ਇੱਕ ਵਾਰ ਇਹਨਾਂ ਨੂੰ ਚਾਂਸ ਦਿੱਤਾ ਫਿਰ ਦੂਜੀ ਵਾਰ ਬਾਦਲ ਸਾਹਿਬ ਨੇ ਇਹ ਕਹਿ ਕੇ ਲਿਆ ਕਿ ਅਸੀਂ ਕੰਮ ਪੂਰਾ ਨਹੀਂ ਕਰ ਪਾਏ ਗੁਰੂ ਸਾਹਿਬ ਦੀ ਬੇਅਦਬੀ ਹੋਈ ਲੋਕਾਂ ਦੇ ਨਾਲ ਧੱਕਾ ਹੋਇਆ ਹਰ ਵਰਗ ਦੇ ਨਾਲ ਧੱਕਾ ਹੋਇਆ ਧੀਆਂ ਭੈਣਾਂ ਦੀ ਇੱਜ਼ਤ ਦੇ ਨਾਲ ਖਲਵਾੜ ਹੋਇਆ ਅਜੇ ਲੋਕ ਉਸ ਰੂਪ ਆਜ਼ਾਦੀ ਦੇ ਰੂਪ 'ਚ ਹੋਲੀ ਮਨਾ ਰਹੇ ਆ ਮੈਂ ਇਹ ਫੀਲ ਕਰ ਸਰ ਹੁਣ ਤੁਸੀਂ ਹਲਕਾ ਸ਼ਾਮ 84 ਤੋਂ ਲੋਕ ਪ੍ਰਾਇਓਰਟੀ ਇਹ ਹੋਏਗੀ ਕਿ ਅਸੀਂ ਜਿਹੜਾ ਨਸ਼ੇ ਨੂੰ ਮੁਕਤੀ ਕਰ ਸਕੀਏ ਨਸ਼ਾ ਮੁਕਤ ਪੰਜਾਬ ਕਰ ਸਕੀਏ ਕਿਉਂਕਿ ਜਿੰਨਾ ਚਿਕਰ ਬੰਦਾ ਹੋਸ਼ 'ਚ ਨਹੀਂ ਆਉਂਦਾ ਨਸ਼ੇ ਤੋਂ ਬਗੈਰ ਜੀਣਾ ਨਹੀਂ ਸਿੱਖਦਾ ਉਹਨਾਂ ਚਿਕਰ ਉਹਨੂੰ ਕੁਛ ਵੀ ਕਹੀ ਜਾਓ ਕੁਛ ਵੀ ਸੁਣਾਈ ਗਈ ਜਾਵੇ ਉਹ ਠੀਕ ਨਹੀਂ ਲੱਗਦਾ ਅਸੀਂ ਪਹਿਲਾਂ ਇੱਕ ਨਸ਼ੇ ਨੂੰ ਨੱਥ ਪਾਵਾਂਗੇ ਕਿ ਜਿਹੜੇ ਨਸ਼ੇ ਦੇ ਸੌਦਾਗਰ ਆ ਜਿਨ੍ਹਾਂ ਨੇ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕੀਤਾ ਲੋਕਾਂ ਦੇ ਪਰਿਵਾਰਾਂ ਨੂੰ ਬਰਬਾਦ ਕੀਤਾ ਉਹਨਾਂ ਨੂੰ ਧੱਕ ਕੇ ਅੰਦਰ ਭੇਜਾਂਗੇ ਜਿਵੇਂ ਕਿ ਇੱਕ ਜੋ ਬੈਡ ਐਲੀਮੈਂਟ ਦੇ ਨਾਲ ਸਲੂਕ ਹੋਣਾ ਚਾਹੀਦਾ ਉਸ ਤਰੀਕੇ ਦਾ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਕੰਮ ਅਕਾਲੀ 10 ਸਾਲਾਂ 'ਚ ਨਹੀਂ ਕਰ ਸਕੇ ਅਸੀਂ ਲੋਕਾਂ ਨੂੰ ਉਹਦਾ ਰਿਜ਼ਲਟ ਥੋੜ੍ਹੇ ਚਿਰ ਦੇ ਵਿੱਚ ਦੇਵਾਂਗੇ ਸਰ ਕੰਡੀ ਅੱਜ ਕੱਲ੍ਹ ਦੁਕਾਨ ਹੈ ਅਤੇ ਲੋਕ ਆ ਰਹੇ ਥੈਂਕ ਯੂ